ਹਾਈ ਫਰੈਂਡਸ ਵੈਲਕਮ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਬਿਕੋਜ਼ ਪੰਜਾਬ ਦੇ ਵਿੱਚ ਪੁਡਾ ਡਿਪਾਰਟਮੈਂਟ ਦੀ ਵੈਕੈਂਸੀਜ਼ ਆਊਟ ਕੀਤੀਆਂ ਜਾ ਚੁੱਕੀਆਂ ਹਨ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕਿਹੜੀ-ਕਿਹੜੀ ਪੋਸਟ ਹੈ ਆਊਟ ਕੀਤੀਆਂ ਗਿਆ ਹੈ ਕਿਹਾ ਐਲੀਜੀਬਿਲਟੀ ਕਰਾਈਟੇਰੀਆ ਦੱਸਿਆ ਗਿਆ ਹੈ ਔਰ ਕੀ ਆਰਮਸ ਐਂਡ ਕੰਡੀਸ਼ਨ ਹੈ ਮੈਂ ਤੁਹਾਨੂੰ ਸਾਰਾ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਪਹਿਲੀ ਵਾਰੀ ਵਿਜ਼ਿਟ ਕਰਦੇ ਪਿਓ ਇਸੇ ਤਰ੍ਹਾਂ ਤੁਸੀਂ ਜਾਣਦੇ ਹੋ ਪੰਜਾਬ ਸਰ ਦੀ ਹਰ ਭਰਤੀ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰਿਓ ਇਹਨਾਂ ਤੁਹਾਨੂੰ ਫ੍ਰੀ ਦੇ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਲਗਭਗ 4 ਨਵੇਂ ਨੋਟੀਫਿਕੇਸ਼ਨ ਅੱਜ ਹੀ ਆਏ ਆ ਹੁਣੇ-ਹੁਣੇ ਮੈਂ ਆਪਣੀ ਆਫੀਸ਼ੀਅਲ ਵੈਬਸਾਈਟ ਤੇ ਅਪਡੇਟ ਕਰਕੇ ਆਈ ਆ www.clory.com ਜਿਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਮਿਲ ਜੂਗਾ ਔਰ ਤੁਸੀਂ ਸਕਰੀਨ ਤੇ ਵੀ ਵੈਬਸਾਈਟ ਦੇਖ ਸਕਦੇ ਆ ਔਰ ਹੋਰ ਵੀ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਹੁੰਦੀ ਹੈ ਐਜੂਕੇਸ਼ਨ ਨਾਲ ਸੰਬੰਧਿਤ ਤੇ ਉਹਦੇ ਨਾਲ ਨਾਲ ਕਰੰਟ ਅਫੇਅਰਸ ਯਾ ਗਵਰਨਮੈਂਟ ਜੌਬ ਨਾਲ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਤੁਸੀਂ ਅਗਰ ਮਿਸ ਨਹੀਂ ਕਰਨਾ ਚਾਹੁੰਦੇ ਤਾਂ ਜਲਦੀ ਜਾ ਕੇ ਸਾਡਾ ਟੈਲੀਗ੍ਰam ਗਰੁੱਪ ਜ਼ਰੂਰ ਜੁਆਇਨ ਕਰਨਾ ਉਹਦਾ ਲਿੰਕ ਵੀ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਜਾ ਕੇ ਮਿਲ ਜੂਗਾ ਜੁਆਇਨ ਕਰਨ ਦਾ ਉੱਥੇ ਜਾ ਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਟਾਈਮ ਤੇ ਮਿਲ ਜਾਂਦੀ ਹੈ ਤੇ ਇਸ ਚੈਨਲ ਦੇ ਹੋਮ ਪੇਜ ਤੇ ਤੁਸੀਂ ਜਾਓਗੇ ਤੁਸੀਂ ਚੈਨਲ ਦੇਖ ਸਕਦੇ ਆ ਟੈਕਨੀਕਲ ਗਵਰਨਮੈਂਟ ਜੌਬ 올ਓਵਰ ਇੰਡੀਆ ਉਸ ਚੈਨਲ ਤੇ ਵੀ ਤੁਹਾਨੂੰ ਸਾਰੀ ਵੈਕੈਂਸੀਜ਼ ਜਿਹੜੀਆਂ ਟਾਈਮਲੀ ਦੱਸੀ ਜਾਂਦੀ ਹੈ ਚਾਹੇ ਉਹ ਸਟੇਟ ਗਵਰਨਮੈਂਟ ਦੀ ਹੋਵਨ ਚਾਹੇ ਉਹ ਜਿਹੜੀ ਸੈਂ ਤੋ ਪਹਿਲਾ ਲੈਣ ਵਾਸਤੇ ਸਾਡੇ ਦੋਨੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਰੱਖਿਓ ਨਾਲ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਨ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੀ ਮਿਲ ਜਾਊਗਾ ਔਰ ਕਾਫੀ ਸਾਰੇ ਕੈਂਡੀਡੇਟਸ ਦੇ ਕਮੈਂਟਸ ਆਉਂਦੇ ਆ ਕਿ ਤੁਸੀਂ YouTube ਤੇ ਕਿਵਰ ਕਮੈਂਟ ਕਰਦੇ ਆ ਤੇ ਕਦੇ-ਕਦੇ ਤੁਹਾਨੂੰ ਜਿਹੜਾ ਰਿਪਲਾਈ ਨਹੀਂ ਮਿਲ ਪਾਂਦਾ ਤੁਹਾਨੂੰ ਪਤਾ ਹੈ ਸਿਰਫ ਸਾਡਾ ਹੀ ਚੈਨਲ ਹੈ ਪੰਜਾਬ ਦੇ ਵਿੱਚ ਜਿਹੜਾ ਤੁਹਾਨੂੰ ਸਿਰਫ ਰਿਪਲਾਈ ਕਰਦਾ ਹੈ ਹੋਰ ਕੋਈ ਚੈਨਲ ਤੁਹਾਡੀ ਹੈਲਪ ਨਹੀਂ ਕਰਦਾ ਤੁਸੀਂ ਖੁਦ ਵੀ ਦੇਖ ਸਕਦੇ ਆ ਤੁਹਾਨੂੰ ਕਦੇ ਵੀ ਰਿਪਲਾਈ ਨਹੀਂ ਮਿਲਦਾ ਇਨ ਕੇਸ ਤੁਹਾਨੂੰ ਕੋਈ ਕਮੈਂਟ ਤਾਂ ਨਹੀਂ ਰਿਪਲਾਈ ਮਿਲ ਪਾਂਦਾ ਤਾਂ ਤੁਹਾਨੂੰ ਮੈਂ ਬਹੁਤ ਵਾਰ ਕਿਹਾ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਆ ਉੱਥੇ ਇੰਡੀਵਿਜੂਅਲੀ ਤੁਸੀਂ ਮੈਸੇਜ ਕਰ ਸਕਦੇ ਆ ਤੁਹਾਡੀ ਡੈਫੀਨੇਟਲੀ ਜਿਹੜੀ ਹੈਲਪ ਕੀਤੀ ਜਾਊਗੀ ਤਾਂ ਚਲੋ ਬਿਨਾਂ ਟਾਈਮ ਵੇਸ ਕੀਤੇ ਆਪਾਂ ਗੱਲ ਕਰਾਂਗੇ ਪੁੱਡਾ ਡਿਪਾਰਟਮੈਂਟ ਦੀ ਆਈ ਹੋਈ ਵੈਕੈਂਸੀਜ਼ ਦੇ ਬਾਰੇ ਇਹਦੇ ਵਿੱਚ ਦੇਖੋ ਇਹਨਾਂ ਨੇ ਦੱਸਿਆ ਹੋਇਆ ਤੁਸੀਂ ਆਪਣਾ ਕੰਪਲੀਟ ਬਾਇਓ ਡਾਟਾ ਜਿਹੜਾ ਹੈ ਯਾਨੀ ਕਿ ਆਪਣੀ ਕੰਪਲੀਟ ਜਿਹੜੀ ਪ੍ਰੋਫਾਈਲ ਹੈ ਔਰ ਕੁਆਲਿਫਿਕੇਸ਼ਨ ਦੇ ਨਾਲ ਇਹਨਾਂ ਨੂੰ ਜਿਹੜੀ ਤੁਸੀਂ ਮੇਲ ਕਰਨੀ ਹੈ ਠੀਕ ਹੈ ਜਾਂ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀਆਂ ਆ ਰਜਿਸਟਰ ਕਰਕੇ ਕਰ ਸਕਦੇ ਹੋ ਜਾਂ ਤੁਸੀਂ ਆਫਲਾਈਨ ਵੀ ਕਰ ਸਕਦੇ ਹੋ ਇਹਨਾਂ ਦੇ ਐਡਰੈਸ ਤੇ ਤੁਸੀਂ ਭੇਜਨੇ ਆ ਤੁਹਾਡੀ ਉਮਰ ਘੱਟੋ ਘੱਟ ਜਿੰਨੀ ਮਰਜ਼ੀ ਹੋਵੇ ਤੁਸੀਂ ਅਪਲਾਈ ਕਰ ਸਕਦੇ ਆ 18 ਸਾਲ 19 ਸਾਲ 20 ਸਾਲ ਜਿੰਨੀ ਮਰਜ਼ੀ ਹੋਵੇ ਮਤਲਬ 22 ਸਾਲ ਤੋਂ ਜ਼ਿਆਦਾ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਆ ਠੀਕ ਹੈ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਕਿਹੜੀ ਕਿਹੜੀਆਂ ਵੈਕੈਂਸੀਸ ਆਊਟ ਕੀਤੇ ਗਏ ਆ ਤੇ ਆਖਰੀ ਤਰੀਕ ਕੀ ਆ ਅਪਲਾਈ ਕਰਨ ਦੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਨੀ ਹੈ ਕਿ ਕਿਹੜੇ ਐਡਰੈਸ ਤੇ ਤੁਸੀਂ ਸੈਂਡ ਕਰਨੇ ਆ ਇਹਨਾਂ ਨੇ ਐਡਰੈਸ ਦੇਖੋ ਮੈਂਸ਼ਨ ਕੀਤਾ ਆ ਇਸ ਐਡਰੈਸ ਤੇ ਤੁਸੀਂ ਆਪਣੇ ਰਿਕੁਆਇਰਡ ਡਾਕੂਮੈਂਟਸ ਸੈਂਡ ਕਰਨੇ ਆ ਔਰ ਮੇਲ ਵੀ ਕਰਨੇ ਆ ਤੁਸੀਂ ਆ ਮੇਲ ਆਈਡੀ ਇਹਨਾਂ ਨੇ ਜਿਹੜੀ ਮੈਂਸ਼ਨ ਕੀਤੀ ਹੋਈ ਆ ਦੋਨਾਂ ਦੇ ਲਈ ਲਾਸਟ ਜਿਹੜੀ 18 ਜੁਲਾਈ 2020 ਐ ਸ਼ਾਮੇ 5 ਵਜੇ ਤੱਕ ਤੁਸੀਂ ਕਰਨੇ ਆ ਔਰ ਜਿਹੜੀ ਪੋਸਟ ਆਊਟ ਕੀਤੀ ਆ ਇਹਨਾਂ ਨੇ ਪੋਸਟ ਜਿਹੜੀ ਆਊਟ ਕੀਤੀ ਆ ਤੁਸੀਂ ਦੇਖ ਸਕਦੇ ਆ 1 होल ਟਾਈਮ ਮੈਂਬਰ ਦੀ ਇਹ ਵੈਕੈਂਸੀ ਹੈ ਔਰ ਇਹਦੇ ਵਿੱਚ ਇਹਨਾਂ ਨੇ ਦੇਖੋ ਕੰਡੀਸ਼ਨ ਰੱਖਿਆ ਹੋਇਆ ਹੈ ਜਿਨ੍ਹਾਂ ਨੂੰ ਨੌਲੇਜ ਹੈਗੀ ਆ ਪਲੈਨਿੰਗ ਦੀ ਲਾ ਕਾਮਰਸ ਦੀ ਅਕਾਊਂਟਸ ਦੀ ਇੰਡਸਟਰੀ ਮੈਨੇਜਮੈਂਟ ਸੋਸ਼ਲ ਸਰਵਿਸ ਔਰ ਐਡਮਿਨਿਸਟ੍ਰੇਸ਼ਨ ਦੀ ਜਿਨ੍ਹਾਂ ਨੂੰ ਨੌਲੇਜ ਹੈਗੀ ਹੈ ਜਾਂ ਜਿਹੜੇ ਸਟੇਟ ਜਾਂ ਸੈਂਟਰਲ ਗਵਰਨਮੈਂਟ ਦੇ EMPLOYE ਹੈ ਰਹ ਚੁਕੇ ਆ ਉਹ ਇੱਥੇ ਜਿਹੜੇ ਆ ਉਹਨਾਂ ਨੂੰ ਫਰਸਟ ਪ੍ਰੈਫਰੈਂਸ ਦਿੱਤੀ ਜਾਊਗੀ ਉਹ ਸਾਰੇ ਇੱਥੇ ਅਪਲਾਈ ਕਰ ਸਕਦੇ ਆ ਠੀਕ ਹੈ ਵਾਦ ਤੋਂ ਬਾਅਦ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰੋ ਤੁਸੀਂ ਐਲੀਜੀਬਲ ਆ ਅਪਲਾਈ ਵੀ ਜ਼ਰੂਰ ਕਰਿਓ ਠੀਕ ਹੈ ਤੁਹਾਰਾ ਕੋਈ ਕਮੈਂਟ ਕੁਐਸਚਨ ਹੈ Next video de vez t'a